ਅਸਲਾਮ ਵਾਲਕਮ ਡੇਅਰ ਸਟੂਡੈਂਟ, ਮੈਂ ਮੁਹੰਮਦ ਵਸੀਮ। ਅਤੇ ਇੱਕੜੀ ਕਲਿੱਪ ਪਈ ਹਲੇ ਸਰਦਾਰ ਸ਼ਾਹ ਜੀ ਅਤੇ ਸੋਸ਼ਲ ਮੀਡੀਆ 'ਤੇ ਪਈ ਵਾਇਰਲ ਲੱਗੀ ਪਈ ਆ, ਫੇਸਬੁੱਕ 'ਤੇ ਆਏ, ਵਟਸਐਪ ਗਰੁੱਪ ਬਣਦੇ ਤਾਂ ਉਹਨੇ ਵਾਲੇ ਖਾਂ ਜਿਹਨੇ 'ਤੇ ਡਿਸਕਸ ਕਰਦਾ ਸੀ। ਕਾਫੀ ਦੋਸਤ ਵਗੈਰਾ ਪੁੱਛਦੇ ਆਏ ਉਹਨੇ ਆਪਣੇ ਅਖਬਾਰਾਂ ਦੀ ਕਟਿੰਗ ਦਾ ਜਾਂ ਕਾਫੀ ਅਖਬਾਰਾਂ ਜਾਂ ਸਿੰਧੀ ਮੈਂ ਆਹੀ ਸਾਈਡ ਕਰ ਸੀ ਸਕੂ ਤਾਂ ਅਖਬਾਰ ਦੀ ਕਟਿੰਗ ਜਾਂ ਬਾਅਦ ਮੈਂ ਤਾਂ ਕਿ ਪੜ੍ਹਾਇਆ ਤੋਂ ਅਤੇ ਇਹਨੇ ਮੈਂ ਛਾ ਲਿਖ ਲਾਇਆ ਸਰਦਾਰ ਸ਼ਾਹ ਜੇ ਕੋਈ ਤਾਂ 30 ਸਾਲ ਕਾਢੀ ਕਰੇ ਜੇਕਰ ਟੀਚਰ ਅਪੁਆਇੰਟਮੈਂਟ ਲੈਂਦਾ ਉਹਨਾਂ ਜੀ ਵੀ ਟੈਸਟ ਥੀਂਦੀ ਆਈ ਉਹਨੇ ਉਹ ਅਗਰ ਟੈਸਟ ਕੇ ਕੁਆਲੀਫਾਈ ਕਰਦਾ ਤਾਂ ਉਹਨੇ ਕਿਹਾ ਅਗਤੇ ਰੱਖਣ ਤੋਂ ਜਾਬ ਮਿਲਣਾ ਤਾਂ ਉਹਨੇ ਜੋਬ ਡਿਸਮਿਸ ਕਹੀ ਹੁੰਦੀ ਤਾਂ ਇਹਨੇ ਵਾਲੇ ਅੱਜ ਗੱਲ ਆਈਦਾ ਸੀ ਸਭ ਕਾ ਪੈਰਾਂ ਦੇ ਕਮੀ ਜਾਏ ਯੂਟਿਊਬ ਚੈਨਲ 'ਤੇ ਨਿਊ ਚੈਨਲ ਕੇ ਲਾਈਕ ਐਂਡ ਸਬਸਕ੍ਰਾਈਬ ਲਾ ਲੈਂਦਾ ਤਾਂ ਅੱਜ ਤਾਂ ਪੈਰਾਂ ਦਾ ਇੱਕ ਲਿਪ ਦੋ ਪੈਰਾਂ ਸਰਦਾਰ ਸ਼ਾਹ ਜੋ ਛਾ ਚਵਾਉਣਾ ਉਹਨੇ ਕਿਹਾ ਬਾਅਦ ਮੈਂ ਫਰਦਰ ਇਹਨੇ ਤਾਂ ਡਿਸਕਸ ਵਗੈਰਾ ਕਹਿੰਦਾ ਤਾਂ ਪੈਰਾਂ ਚੋਂ ਇੱਕ ਲਿਪ ਦੋ ਨੰਡੜੀ ਜਗ੍ਹਾ ਵਾਇਰਲ ਕਲਿੱਪ ਆ ਪੋਰੇ ਗੱਲ ਆਈਦਾ ਤੈਨੂੰ ਤਾਂ ਦੁਨੀਆ ਮੈਂ ਜੇਕੇ ਵੀ ਉਸ ਅਗਰ ਸੈਕਟਰੀ ਬਿਠਾਇਆ ਨਹੀਂ ਵਿਆਹ ਬਿਠਾਇਆ ਨਹੀਂ ਜਿਸ ਤਰ੍ਹਾਂ ਟੈਸਟ ਵਿੱਚ ਰੱਖਿਆ ਵਿਆ ਇਮਤਿਹਾਨ ਦਾ ਪਾਸ ਕਰਨ ਦੀ ਪ੍ਰਮੋਸ਼ਨ ਹੀ ਹੁੰਦੀ ਤਾਂ ਜੇਕੇ ਦੇ ਜੇ ਮਾਣੂ ਅੱਗੇ ਮਸਾਲੇ ਤੋਂ ਦਿੰਦਾ ਥੋ ਚੇ ਪੜਾ ਵੈਨ ਵਾਸ਼ਰ ਜੀ ਦੁਆਰੀ ਹੈ ਮੁਸਤਕਬਲ ਜੀ ਦੁਆਰੀ ਹੈ ਬੱਚਨ ਜੀ ਦੁਆਰੀ ਹੈ ਜ਼ੋ ਚੰਗਾ ਤਾਂ ਬਾਬਾ ਵਾਸ਼ਰ ਬੱਚਨ ਮਾਣੂ ਚੰਗਾ ਤਾਂ ਬਾਬਾ ਅਸਾਂ ਦੇ ਸਕੂਲ ਵਿੱਚ ਉਸਤਾਦ ਵਾਂ ਰੱਖੀ ਤੇ ਜਿਹੜਾ ਕਾਗਜ਼ਨ ਮੇ ਤੇ ਸਕੂਲ ਖੁੱਲੋ ਪਿਆ ਉਸਤਾਦ ਦੇ ਪੜਾਹਣ ਬੱਚੇ ਤੋਂ ਨਾ ਸੋਚੀ ਤਾਂ ਬੜੋ ਸਵਾਲ ਹੈ ਨਾ ਤੁਰਨ 50-60 ਬਾਰ ਦੀ ਜ਼ਿੰਦਗੀ ਚੋਂ ਬਰਬਾਦ ਕਰੇ 5 ਸਾਲ ਸੀੜਾਏ ਹੋ ਮਤਲਬ ਜੇ ਕੋ ਉਸਤਾ ਟੈਸਟ ਪਾਸ ਨਾ ਕਰੋ ਜਬਰੀ ਤੋਂ ਰਿਟਾਇਰ ਕਿ ਲੋ ਜਬਰੀ ਚੋ ਨਾ ਆਪਸ਼ਨਲ ਹੈ ਬਾਬਾ ਟੈਸਟ ਵਿੱਚ ਜੇ ਨਾ ਬੈਠੋ ਟੈਸਟ ਜੀਦੀ ਤਾਂ ਮਨਾ ਸਮਝੋ ਰਿਟਾਇਰ ਇਹਨੇ ਕਰੇ ਕੌਣ ਬੈਠੋ ਟੈਸਟ ਮੇ ਵੇਂਦੋ ਪਾਸ ਦੀ ਵੀ ਹੋਲੋ ਅਸਲਾਮ ਅਲੈਕੁਮ ਸਿਰਾ ਕਿੰਤੇ ਜਿਸ ਤਰ੍ਹਾਂ ਬੈਠੋ ਉਸ ਤਰ੍ਹਾਂ ਹਲੇ ਬੱਚੇ ਕਿਤੇ ਫੇਲ ਤੋਂ ਕੀ ਵਜੇ ਟੈਸਟ ਮੇ ਬੈਠੋ ਪਾਸ ਕੀ ਸਕੇ ਤਾਂ ਬਾਬੂ ਨੂੰ ਕਹ ਬੁਧਾਇਆ ਕਿ ਆਪ ਕੋ ਵਾਸ਼ਰੋ ਸੇ ਜੋ ਬੁਧਾਇਆ ਤਾਂ ਬਲਾ ਉਹਨੇ ਜੇ ਰਹਿਣ ਜੋ ਕੋ ਜਵਾਬ ਦੇ ਦੋ ਜੇ ਮਾਣੂ ਲਿਖਣ ਪੜਨ ਨਾ ਪਹੁੰਚੇ ਉਹਨਾਂ ਦੇ ਪਗਾਰ ਉਹ ਵੀ ਫੋਟੋ ਕੋਈ ਕਿ ਨੌਜਵਾਨ ਬਹਿ ਕੇ ਜੇ ਪੁੱਛਾ ਕਿਤਨਾ ਇੰਤਜ਼ਾਰ ਕਰ ਨੌਜਵਾਨ ਬਿਠਾਏ ਉਹ ਨੌਜਵਾਨ ਅੱਜ ਵੀ ਉਹਨਾਂ ਦੀ ਨੌਕਰੀ ਮਿਲੇ ਤਾਂ ਤੇ ਇਹਨਾਂ ਨੂੰ ਉਹ ਕਹੋ ਮੁਫਤ ਜੋ ਖਾਦੋ ਬੇ ਤਾਂ ਪੁੱਛਾਂ ਆਈ ਜਿਹੜੇ ਬੇ ਦੁਨੀਆ ਵੀ ਜੀ ਉਸਤਾਦ ਇਹ ਅਕਲ ਬੁੱਧੀ ਤਾਂ ਸਰਦਾਰ ਚਾਹ ਜੀ ਕਿ ਨੰਦ ਜੀ ਇੱਕ ਵਾਰ ਜੀ ਕਟਿੰਗ ਨਾ ਤਾਂ ਕਿ ਦੇਖ ਸੀ ਜਾਂ ਤਾਂ ਕਿ ਸਿੰਧੀ ਮੈਂ ਮਾਂ ਪੜਾਂ ਦੋ ਇਹਨੇ ਮੇਰੇ ਕੋਲ ਲਿਖ ਲਾ ਤਾਂ 30 ਸਾਲ ਕਾਟੀ ਕਰੇ ਜੇ ਕੇ ਉਸਤਾਦ ਹੈ ਉਹਨਾਂ ਜੀ ਦੁਬਾਰਾ ਟੈਸਟ ਥੀਂਦੀ ਸਰਦਾਰ ਚਾਹ ਜੇ ਚੋਣ ਦੇ ਮੁਤਾਬਿਕ ਤਾਂ ਉਹਨਾਂ ਜੀ ਦੁਬਾਰਾ ਚੈੱਕ ਕੇ ਇਹ ਟੈਸਟ ਕੁਆਲੀਫਾਈ ਕਰਦਾ ਤਾਂ ਇਹਨਾਂ ਕੇ ਅੱਗੇ ਜੋਬ ਦੇਣੀ ਹੁੰਦੀ ਨਾ ਤਾਂ ਇਹਨਾਂ ਕੇ ਰਿਟਾਇਰਮੈਂਟ ਕਰ ਦਿੰਦੇ ਉਹਨਾਂ ਟੀਚਰਾਂ ਕੇ ਜੇ ਟੈਸਟ ਕੁਆਲੀਫਾਈ ਨਾ ਤਾਂ ਕਹਿੰਦੇ ਜੇ ਅਗਰ ਟੈਸਟ ਮੈਂ ਅਪੀਅਰ ਹੀ ਨਾ ਥਾਂ ਤਾਂ ਮਤਲਬ ਉਹਨਾਂ ਕੇ ਸਮਝ ਨਹੀਂ ਹੁੰਦਾ ਇਹ ਰਿਟਾਇਰ ਹੈ ਟੀਚਰ ਤਾਂ ਹਾਣੇ ਇਹਨੇ ਵਾਲੇ ਖਾ ਫਰਦਰ ਜੇ ਕੋਈ ਨਾ ਜੀ ਜੇ ਕਾਬਾ ਬੈਠੀ ਜੀ ਤਾਂ ਵਰੀ ਵਕਤ ਤਾਂ ਫਰਕ ਕਰੋ ਤਾਂ ਮੈਂ ਨੈਕਸਟ ਵੀਡੀਓ ਮੈਂ ਤਾਂ ਸ਼ੇਅਰ ਕਰੂੰ ਫਿਰ ਜੇ ਕਮਾਂ ਯੂਟਿਊਬ ਚੈਨਲ ਤੇ ਨਿਊ ਚੈਨਲ ਤੇ ਲਾਈਕ ਐਂਡ ਸਬਸਕ੍ਰਾਈਬ ਲਾਜ਼ਮ ਕਰੋ ਤਾਂ ਜੇ ਵਕਤ ਤਾਂ ਫਰਕ ਤਾਂ ਡੇਲੀ ਅਪਡੇਟ ਮਿਲਦੀ ਹੈ ਤਾਂ ਜਿਹਨੇ ਵਾਲ ਕਾ ਸ਼ਾਰ ਰਹੇ ਆ ਚਾਹੀ ਸਰਦਾ ਅੱਛਾ ਜੋ ਕਰੈਕਟ ਡਿਸੀਜਨ ਆ ਜਾਂ ਰਾਈਟ ਡਿਸੀਜਨ ਆ ਤਾਂ ਪੰਜ ਰਾਏ ਜ਼ਰੂਰ ਡਿਜੋ ਕਮੈਂਟ ਮੈਂ ਐਂ ਉਹਨੇ ਕਾ ਪੋਰੀ ਜੇਕੇ ਦੋਸਤ ਵਗੈਰਾ ਮੁੰਡੇ ਯੂਟਿਊਬ ਚੈਨਲ ਤੇ ਨਿਊ ਦੋਸਤਾਂ ਕੇ ਕਰੋ ਅਰਦਾਸ ਮੇਰੇ ਚੈਨਲ ਕੇ ਲਾਈਕ ਐਂਡ ਸਬਸਕ੍ਰਾਈਬ ਲਾਜ਼ਮ ਕਰੋ ਥੈਂਕਸ।